ਲੁਧਿਆਣਾ ਦੇ ਮਲਹਾਰ ਰੋਡ ਸਥਿਤ ਨਵੇਂ ਖੁੱਲੇ ASG ਆਈ ਕੇਅਰ ਹਸਪਤਾਲ ਵਿਖੇ ਪੱਤਰਕਾਰਤਾ ਵਾਰਤਾ ਦੌਰਾਨ ਡਾਕਟਰ ਅਜੋਏ ਸਿੰਘ, ਡਾਕਟਰ ਵਿਕਾਸ ਜੈਨ ਅਤੇ ਡਾਕਟਰ ਦੇਵ ਜਾਦਵ ਨੇ ਦੱਸਿਆ ਕਿ ਇਹ ਉਹਨਾਂ ਦੀ ਚੇਨ ਦੀ 27ਵੀਂ ਤੇ ਲੁਧਿਆਣਾ ਪੰਜਾਬ 'ਚ ਪਹਿਲੀ ਬ੍ਰਾਂਚ ਹੈ। ਉਹਨਾਂ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਵੱਲੋਂ ਸਾਲ ਦੇ 365 ਦਿਨ 24 ਘੰਟੇ ਅਤੇ ਹਫ਼ਤੇ ਦੇ 7 ਦਿਨ ਵਰਲਡ ਕਲਾਸ ਦੀਆਂ ਵਧੀਆ ਸੇਵਾਵਾਂ ਦਿੱਤੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਅੱਖਾਂ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਕਿਸੇ ਵੀ ਮਰੀਜ਼ ਨੂੰ ਹੁਣ ਕਿਸੇ ਹੋਰ ਜਗ੍ਹਾ ਜਾਣ ਦੀ ਲੋੜ ਨਹੀਂ, ਕਿਉਂਕਿ ਅੱਖਾਂ ਨਾਲ ਸੰਬੰਧਿਤ ਹਰ ਬਿਮਾਰੀ ਦਾ ਇਲਾਜ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ ਆਧੁਨਿਕ ਤਕਨੀਕ ਨਾਲ ਕੀਤਾ ਜਾਵੇਗਾ। ਇੱਥੇ ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਸਾਡੇ ਕੋਲ 3 ਡਾਕਟਰਾਂ ਦੀ ਟੀਮ ਹੀ ਨਹੀਂ, ਸਾਡੇ ਨਾਲ ਕਰੀਬ 90 ਡਾਕਟਰਾਂ ਦੀ ਟੀਮ ਜੁੜੀ ਹੋਈ ਹੈ। ਸੋ ਦੇਖੀਏ, ਇਹ ਹਮਾਰੀ 27ਵੀਂ ਬ੍ਰਾਂਚ ਹੈ ASG ਆਈ ਹਾਸਪਿਟਲ ਕੀ ਚੇਨ ਕੀ, ਔਰ ਲੁਧਿਆਣਾ ਮੇਂ ਔਰ ਪੰਜਾਬ ਮੇਂ ਪਹਿਲੀ ਬ੍ਰਾਂਚ ਹੈ, ਔਰ ਯਹਾਂ ਪੇ ਹਮ 24/7 7 ਡੇਜ਼ ਅ ਵੀਕ ਲੋਗੋ ਕੋ ਵਰਲਡ ਕਲਾਸ ਕੇਅਰ ਦੇਂਗੇ। ਪੇਸ਼ੈਂਟਸ ਕੋ ਕਹੀਂ ਵੀ ਔਰ ਕਹੀਂ ਜਾਣੇ ਕੀ ਜ਼ਰੂਰਤ ਨਹੀਂ ਪੜੇਗੀ, ਨਾ ਚੰਡੀਗੜ੍ਹ, ਨਾ ਅੰਬਾਲਾ, ਦਿੱਲੀ, ਨਾ ਹੀ ਡਾਊਨ ਸਾਊਥ ਕਹੀਂ ਜਾਣੇ ਕੀ। ਹਮਾਰੇ ਪਾਸ ਸਾਰੀ ਕਿਆ ਕਹਤੇ ਹੈ ਆਂਖ ਸੇ ਰਿਲੇਟਡ ਬਿਮਾਰੀਓਂ ਕਾ ਲੇਟੈਸਟ ਇਲਾਜ ਹੈ, ਅਵੇਲੇਬਲ ਹੈ। ਐਂਡ ਖਾਲੀ ਹਮ 3 ਜਣੇ ਹੀ ਨਹੀਂ ਹੈ, ਹਮਾਰੇ ਪਾਸ ਇੱਕ ਡੈਡੀਕੇਟਿਡ ਜੋ ਟੀਮ ਹੈ ਉਹ 90+ ਡਾਕਟਰਸ ਕੀ ਹੈ, ਜਿਨਕੇ ਹਮ ਰਿਸੋਰਸਿਸ 24/7 ਯੂਜ਼ ਕਰ ਸਕਤੇ ਹੈ। ਔਰ ਡਾਕਟਰ ਅਜੋਏ ਹੈ ਹਮਾਰੇ ਸਾਥ, ਜੋ ਹਮੇ ਕੈਟਰੈਕਟ ਔਰ ਰਿਫ੍ਰੈਕਟਿਵ ਸਰਜਰੀ ਕੀ ਸਰਵਿਸਿਜ਼ ਪ੍ਰੋਵਾਈਡ ਕਰੇਂਗੇ। ਮੈਂ ਡਾਕਟਰ ਜੈਂਦਰ ਹੂੰ, ਮੈਂ ਰੈਟਨਾ ਔਰ ਕੈਟਰੈਕਟ ਸਰਵਿਸਿਜ਼ ਪ੍ਰੋਵਾਈਡ ਕਰੂੰਗਾ। ਡਾਕਟਰ ਦੇਵ ਹੈ, ਜੋ ਕੈਟਰੈਕਟ, ਰਿਫ੍ਰੈਕਟਿਵ, ਗਲੋਕੋਮਾ ਔਰ ਪੀਡੀਆਟ੍ਰਿਕ ਆਫਥਲਮੋਲੋਜੀ ਮੇਂ ਹਮਾਰੀ ਮਦਦ ਕਰੇਂਗੇ। ਜੈਸਾ ਕਿ ਕਿਸੀ ਨੇ ਪੂਛਾ ਥਾ ਕਿ ਹਮ ਲੋਗੋ ਸੇ ਕੰਪੀਟ ਕੈਸੇ ਕਰੇਂਗੇ, ਮੈਂ ਇੱਕ ਬਹੁਤ ਚੀਜ਼ ਕਲੀਅਰ ਕਰ ਦੇਤਾ ਹੂੰ ਕਿ ਹਮ ਕਿਸੀ ਸੇ ਕੰਪੀਟ ਕਰਨੇ ਨਹੀਂ ਆਏ ਹੈਂ। ਵੀ ਆਰ ਜਸਟ ਗਿਵਿੰਗ ਵਰਲਡ ਕਲਾਸ ਕੇਅਰ, ਐਂਡ ਹਮੇ ਆਪਣੇ ਪੇ ਇਤਨਾ ਵਿਸ਼ਵਾਸ ਹੈ ਕਿ ਹਮੇ ਕਿਸੀ ਸੇ ਕੰਪੀਟ ਕਰਨੇ ਕੀ ਜ਼ਰੂਰਤ ਨਹੀਂ ਹੈ। ਪੇਸ਼ੈਂਟਸ ਖੁਦ ਅਗਰ ਹਮਾਰੇ ਪਾਸ ਆ ਕੇ ਹਮੇ ਇੱਕ ਮੌਕਾ ਦੇਂਗੇ ਤੋ ਉਹ ਇਹ ਡਿਫਰੈਂਸ ਮਹਿਸੂਸ ਕਰੇਂਗੇ। ਔਰ ਇਹ ਡਿਫਰੈਂਸ ਖਾਲੀ ਯਹਾਂ ਪੇ ਨਹੀਂ, ਇਹ ਟ੍ਰਾਈਡ ਐਂਡ ਟੈਸਟਡ ਮੈਥਡਸ ਹੈ ਜੋ ਹਮ ਇੰਪਲੋਏ ਕਰ ਰਹੇ ਹੈਂ, ਜੋ ਹਮਨੇ ਬਿਹਾਰ ਮੇਂ, ਰਾਜਸਥਾਨ ਮੇਂ, ਮਤਲਬ ਆਲ ਓਵਰ ਨੌਰਥ ਈਸਟ ਗੁਹਾਟੀ ਮੇਂ ਵੀ ਹਮਨੇ ਸਭ ਕਿਆ ਕਹਤੇ ਹੈ ਟ੍ਰਾਈ ਕੀਏ ਹੈ। ਐਂਡ ਪੇਸ਼ੈਂਟਸ ਕਾ ਸਕਸੈਸ ਰੇਟ ਔਰ ਜੋ ਸੈਟਿਸਫੈਕਸ਼ਨ ਰੇਟ ਹੈ ਵੋ ਹਮਾਰੇ ਪਾਸ ਆ ਕੇ ਬਹੁਤ ਜ਼ਿਆਦਾ ਰਹਾ ਹੈ। ਤੋ ਵਹੀ ਚੀਜ਼ ਹਮ ਲੁਧਿਆਣਾ ਮੇਂ ਪ੍ਰੋਵਾਈਡ ਕਰਨਾ ਚਾਹਤੇ ਹੈ ਲੋਗੋਂ ਕੋ। ਐਂਡ ਜੈਸਾ ਡਾਕਟਰ ਦੇਵ ਨੇ ਬਤਾਇਆ ਕਿ ਹਮਾਰੇ ਪਾਸ ਸਾਰੀ ਚੀਜ਼ੇ ਅੰਡਰ 1 ਰੂਫ ਅਵੇਲੇਬਲ ਹੈ, ਬੀ ਇਟ ਡਾਕਟਰਸ ਕੀ ਕੰਸਲਟੇਸ਼ਨ, ਬੀ ਇਟ ਹਮਾਰੇ ਪਾਸ ਕਿਆ ਕਹਤੇ ਹੈ ਕੋਈ ਵੀ ਇਨਵੈਸਟੀਗੇਸ਼ਨਸ ਹੋ, ਆਪਟੀਕਲਸ ਕੀ, ਮੈਡੀਸਿਨਸ ਕੀ, ਸਰਜੀਕਲ, ਚਾਹੇ ਕੈਟਰੈਕਟ ਸਰਜਰੀ ਹੋ, ਗਲੋਕੋਮਾ ਸਰਜਰੀ ਹੋ, ਕੋਰਨੀਆ ਕੀ ਸਰਜਰੀ ਹੋ, ਲੇਸਿਕ ਸਰਜਰੀ ਹੋ, ਹਮਾਰੇ ਪਾਸ ਸਭ ਚੀਜ਼ੇ ਅਵੇਲੇਬਲ ਹੈ, ਰਾਈਟ ਫਰੋਮ ਦਾ ਵੈਰੀ ਬੇਸਿਕ ਟੂ ਦਾ ਪ੍ਰੀਮੀਅਮ। ਹਮਾਰਾ ਇੱਕ ਔਰ ਮੋਟੋ ਹੈ ਕਿ ਹਮ ਸਭ ਲੋਗੋਂ ਕੇ ਲੀਏ ਹੈਲਥ ਕੇਅਰ ਪ੍ਰੋਵਾਈਡ ਕਰਨਾ ਚਾਹਤੇ ਹੈ। ਐਸਾ ਨਹੀਂ ਹੋਣਾ ਚਾਹੀਏ ਕਿ ਜਿਸਕੇ ਪਾਸ ਕਿਆ ਕਹਤੇ ਹੈ ਪੈਸੇ ਨਹੀਂ ਹੈ ਉਹ ਇਸ ਚੀਜ਼ ਸੇ ਵੰਚਿਤ ਰਹਿ ਜਾਏ। ਤੋ ਬੇਸਿਕ ਸੇ ਬੇਸਿਕ ਲੈ ਕੇ ਔਰ ਜਿਸਕੋ ਕਿਆ ਕਹਤੇ ਹੈ ਹਾਈ ਐਂਡ ਪ੍ਰੀਮੀਅਮ ਲੈਂਸਿਸ ਚਾਹੀਏ, ਹਮਾਰੇ ਪਾਸ ਉਹ ਸਭ ਕੁਛ ਅਵੇਲੇਬਲ ਹੈ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।